ਤੇ ਕਿੰਨੀ 에ਅਰ ਭਰ ਜਾਂਦੀ ਹੈ ਵਿੱਚ ਕਿ ਆਪਾਂ ਕਦੇ ਯੂਜ਼ ਨਹੀਂ ਕੀਤੇ ਦੇਖ ਲਓ ਆ ਨਹੀਂ ਯੂਜ਼ ਜਿਆ ਆ ਸਕਦੇ ਆ ਦੋਨੋਂ ਵੀ ਜਗਾ ਸਕਦੇ ਇਹਦੇ ਮੈਂ ਬਲਾਸਟਰ ਚੇਂਜ ਕੀਤੇ ਆ 55 ਵਾਟ ਜਿੱਦਾਂ ਡਰਾਈਵਰ ਉੱਤੇ ਬੈਠਾ ਉਹਨੂੰ ਨਹੀਂ ਪਤਾ ਲਾਈਟਾਂ ਜਗਦੀਆਂ ਦਿਨ ਪਲੇਟਫਾਰਮ ਜਿਹੜਾ ਆ ਆਹ ਪੱਤੀਆਂ ਤੇ ਕੱਸੇ ਤੇ ਰਹਿ ਗਈ ਗੱਲ ਹੀਟ ਗਾਰਡ ਦੀ ਹੀਟ ਗਾਰਡ ਵੀ ਤੇ ਇਹਦਾ ਡਿਜ਼ਾਈਨ ਵੀ ਮੈਂ ਆਪ ਬਣਵਾਇਆ ਸੀਗਾ ਸਾਲ ਦੇ ਵਿੱਚ ਲੀਕੇਜ ਸ਼ੁਰੂ ਹੋ ਜਾਂਦੀ 1.5 ਸਾਲ ਹੋ ਗਿਆ ਟਰੈਕਟਰ ਨੂੰ ਕੋਈ ਲੀਕੇਜ ਨਹੀਂ ਹੈ ਹੈਲੋ ਗਾਇਜ਼ ਵੈਲਕਮ ਬੈਕ ਟੂ ਆਰ ਨਿਊ ਵਲੋਗ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਆਪਣੇ ਘਰ ਵਧੀਆ ਹੋਵੋਗੇ ਅਤੇ ਸਾਡੇ ਵਲੋਗਸ ਨੂੰ ਇੰਜੋਏ ਕਰਦੇ ਹੋਵੋਗੇ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਸਬਸਕ੍ਰਾਈਬਰ ਬਹੁਤ ਵਧੇ ਤੁਸੀਂ ਸ਼ੇਅਰ ਵੀ ਕਰ ਰਹੇ ਆ ਅਤੇ ਸਾਡੇ ਵਿਊਜ਼ ਵੀ ਵਧੇ ਆ ਹੋਪ ਕਿ ਤੁਸੀਂ ਸਾਰੇ ਜਾਣੇ ਇੰਜੋਏ ਕਰਦੇ ਹੋਵੋਗੇ ਵਲੋਗ ਨੂੰ ਨਵਾਂ ਵਲੋਗ ਸਟਾਰਟ ਕਰਦੇ ਹਾਂ ਟਰੈਕਟਰ 'ਤੇ ਚੱਲਦੇ ਹਾਂ ਖੇਤਾਂ ਨੂੰ ਅਤੇ ਹੋਰਨਾਂ ਦੀ ਆਵਾਜ਼ ਵੀ ਸੁਣਾਉਂਦੇ ਤੁਹਾਨੂੰ ਟਿਊਨਾਂ ਕਿੰਨੀਆਂ ਕਿਆ ਵਿੱਚ ਵਲੋਗ ਨੂੰ ਇੰਜੋਏ ਕਰਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਸ਼ੇਅਰ ਕਰਿਓ ਅਤੇ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਟਰੈਕਟਰ ਲੈ ਕੇ ਆਏ ਸੀਗੇ ਆਪਾਂ ਉਦਣ ਵਾਲੀ ਜਗ੍ਹਾ 'ਤੇ ਅਤੇ ਮੈਸੇਜ ਬੜੇ ਆਏ ਵੀ ਟਰੈਕਟਰ ਬਹੁਤ ਸੋਹਣਾ ਲੱਗਦਾ ਵਿਊਜ਼ ਵੀ ਵਧੀਆ ਆਏ ਅੱਗੇ ਨਾਲੋਂ ਤਾਂ ਵਧੀਆ ਹੀ ਆਏ ਜਿੱਦਾਂ ਪਹਿਲਾਂ ਵਿਊ ਆਉਂਦੇ ਹੁੰਦੇ ਸੀਗੇ ਅਤੇ ਅੱਜ ਤੁਹਾਨੂੰ ਆਵਾਜ਼ ਵੀ ਚੈੱਕ ਕਰਾਉਂਦੇ ਹਾਂ ਅਤੇ ਟਾਇਰਾਂ ਦੀ ਕੋਈ ਬਬਲਿੰਗ ਨਹੀਂ ਆਉਂਦੀ ਮੈਨੂੰ ਮੈਸੇਜ ਆਏ ਸੀਗੇ ਵੀ ਟਾਇਰਾਂ ਦੀ ਬਬਲਿੰਗ ਨਹੀਂ ਕਿਹਾ ਵੀ ਕਿੰਨੀ ਕੌਕ ਹੁੰਦੀ ਆ ਕੀ ਹਿਸਾਬ ਤਾਬਾ ਵੀ ਸਲੰਸਰ ਰੌਲਾ ਕਿਉਂ ਨਹੀਂ ਬਹੁਤਾ ਪਾਉਂਦਾ ਸਲੰਸਰ ਦਾ ਵੀ ਰੌਲਾ ਬੰਦ ਕੀਤਾ ਹੋਇਆ ਆ ਅਤੇ ਹੁੱਕ ਆਪਣੀ ਰੀਜਨਲ ਹੀ ਆ ਪਿਛਲੀ ਵੀਡੀਓ 'ਚ ਮੈਂ ਦੱਸਿਆ ਨਹੀਂ ਵੀ ਹੁੱਕ ਆਪਣੀ ਰੀਜਨਲ ਆ ਦੋ ਡਿਸਟ੍ਰੀਬਿਊਟਰ ਕਦੇ ਯੂਜ਼ ਨਹੀਂ ਹੋਏ ਅਸੀਂ ਕਦੇ ਵਰਤੇ ਨਹੀਂ ਕਿਉਂਕਿ ਅਸੀਂ ਰੇਤਾ ਮਿੱਟੀ ਦਾ ਕੰਮ ਕਰਦੇ ਨਹੀਂ ਨਾ ਸਾਡਾ ਚੱਲਦਾ ਕਣਕ ਝੋਨੇ 'ਤੇ ਕਿਸੇ 'ਤੇ ਨਹੀਂ ਚੱਲਦਾ ਇਸ ਕਰਕੇ ਆਪਾਂ ਕਦੇ ਯੂਜ਼ ਨਹੀਂ ਕੀਤੇ ਦੇਖ ਲਓ ਆ ਨਹੀਂ ਯੂਜ਼ ਜਿਹਾ ਦੋਨੋਂ ਹੀ ਅਤੇ ਟਰੈਕਟਰ ਵੀ ਕੁਛ ਖਾਸ ਨਹੀਂ ਚੱਲਿਆ ਹੋਇਆ ਟਰਾਲੀ 'ਤੇ ਜ਼ਰੂਰ ਚੱਲਦਾ ਟਰਾਲੀ ਜੇ ਚੱਲਦੇ ਕਰਕੇ ਹੁੱਕ ਦੀ ਤੁਸੀਂ ਕੰਡੀਸ਼ਨ ਦੇਖ ਲਓ ਹੁੱਕ ਨਵੀਂ ਬਣਨੀ ਦਿੱਤੀ ਆ ਅਤੇ ਆਪਾਂ ਹੁੱਕ ਨਵੀਂ ਲਾ ਲੈਣੀ ਆ ਅਤੇ ਮਿੱਤਰੋ ਕੜੇ ਲਿਆ ਕੇ ਰੱਖੇ ਆ ਮੈਂ ਕੜੇ ਮੇਰੇ ਕੋਲ ਪਏ ਆ ਇਹ ਤੋਂ ਇੱਕ ਨੰਬਰ ਵੱਡਾ ਕੜਾ ਆ ਉਹ ਆਪਾਂ ਕੜਾ ਚੜਾਵਾਂਗੇ ਅਤੇ ਨਾਲ ਆਪਾਂ ਟਾਇਰ ਵੀ ਚੇਂਜ ਕਰਨਾ ਕੜਾ ਮੈਂ ਲਿਆਂਦਾ ਟਾਇਰ ਲੈਣੇ ਆ ਹਜੇ ਮਹਿੰਗੇ ਬਹੁਤ ਆ ਅਤੇ ਥੋੜ੍ਹਾ ਜਿਹਾ ਟਾਈਮ ਲੱਗੂਗਾ ਆਉਣ ਨੂੰ ਮੋਹਲੇ ਟਾਇਰ ਥੋੜ੍ਹੇ ਜਿਹੇ ਪਾਸ ਰਹੇ ਸੀਗੇ ਤਾਂ ਕਰਕੇ ਮੈਂ ਚੇਂਜ ਕਰਤੇ ਆ ਕੋਈ ਟਾਇਰਾਂ ਦੀ ਮੈਂ ਤੁਹਾਨੂੰ ਦੱਸ ਦੇਵਾਂ ਟਾਇਰਾਂ ਦਾ ਮੈਨੂੰ ਮੈਸੇਜ ਆਏ ਸੀਗੇ ਟਾਇਰਾਂ ਦੀ ਕੋਈ ਬਬਲਿੰਗ ਨਹੀਂ ਹੈਗੀ ਟਾਇਰਾਂ ਦਾ ਮੈਂ ਕਹਿੰਦਾ ਸੁੱਖ ਹੀ ਆ ਟਰੈਕਟਰ ਜੰਮ ਕੇ ਚੱਲਦਾ ਮੂਹਰਿਓਂ ਬਹਾਈ 'ਚ ਵੀ ਕੋਈ ਪ੍ਰੋਬਲਮ ਨਹੀਂ ਗੀ ਮੈਂ ਤੁਹਾਨੂੰ ਖੇਤ ਵੀ ਵਾਹ ਕੇ ਦਿਖਾ ਦੂੰਗਾ ਅਤੇ ਮੂਹਰਿਓਂ ਦੇਖ ਲਓ ਕਟਾਈ ਵੀ ਪੂਰੀ ਆ ਕਿਸੇ ਪਾਸੇ ਟਰੈਕਟਰ ਟਾਇਰ ਲੱਗਦਾ ਨਹੀਂ ਆ ਟਰੈਕਟਰ ਨੂੰ ਦੇਖ ਲਓ ਤੁਸੀਂ ਜਦੋਂ ਟਾਇਰ ਘੁੰਮਦਾ ਆ ਬਿਲਕੁਲ ਜਗ੍ਹਾ ਪੂਰੀ ਪੂਰੀ ਆ ਖੁੱਲ੍ਹੀ ਜਗ੍ਹਾ ਆ ਆ ਦੇਖ ਲਓ ਕਿਤੇ ਨਹੀਂ ਲੱਗਦਾ ਦੂਜਾ ਟਾਇਰ ਭਾਵੇਂ ਲੱਗਦਾ ਹੋਊਗਾ ਅਤੇ ਦੂਜੀ ਗੱਲ ਕੰਪਰੈਸਰ ਪੁੱਛਦੇ ਸੀਗੇ ਵੀ ਕਿੱਦਾਂ ਲਾਇਆ ਹੋਇਆ ਇਹਦਾ ਕੀ ਫੰਡੀਸ਼ਨ ਬਣਾਇਆ ਇਹਦਾ ਫੰਡੀਸ਼ਨ ਇੱਦਾਂ ਬਣਾਇਆ ਮਿੱਤਰੋ ਵੀ ਚੁੱਲ੍ਹੇ ਦੇ ਨਾਲ ਬੈਲਡ ਕਰ ਦਿੱਤਾ ਸੀ ਆਹ ਚੰਗੀ ਮੋਟੀ ਪਲੇਟ ਆ ਐਂਗਲ ਹੀ ਕੱਟਿਆ ਸੀ ਐਲ ਟਾਈਪ ਐਂਗਲ ਕੱਟ ਕੇ ਨਾਲ ਇੱਧਰ ਬੈਲਡ ਕੀਤੀ ਆ ਨਾਲ ਇੱਧਰ ਪਲੇਟ ਇੱਕ ਬੈਲਡ ਕੀਤੀ ਆ ਆਹ ਨਟਾ ਨਾ ਕੱਸਿਆ ਹੋਇਆ ਆ ਇਹਨੂੰ ਆਪਾਂ ਜਦੋਂ ਮਰਜ਼ੀ ਖੋਲ੍ਹ ਸਕਦੇ ਹਾਂ ਜਦੋਂ ਮਰਜ਼ੀ ਕੱਸ ਸਕਦੇ ਹਾਂ ਕੰਪਰੈਸਰ ਨੂੰ ਖੋਲ੍ਹ ਕੇ ਜੋ ਮਰਜ਼ੀ ਕਰ ਸਕਦੇ ਹਾਂ ਕੰਪਰੈਸਰ ਦਾ ਮਤਲਬ ਕਿ ਐਵਰਗ੍ਰੀਨ ਕੰਮ ਆ ਜਦੋਂ ਮਰਜ਼ੀ ਖੋਲ੍ਹ ਲਓ ਜਦੋਂ ਮਰਜ਼ੀ ਕੱਸ ਲਓ ਆਹ ਅਸੀਂ ਫੰਡੀਸ਼ਨ ਇਹਦਾ ਵੈਲਡ ਕਰ ਲਿਆ ਸੀਗਾ ਫੰਡੀਸ਼ਨ ਦੀ ਗੱਲ ਆ ਫੰਡੀਸ਼ਨ ਮੈਂ ਵੈਲਡ ਕਰਾ ਲਿਆ ਸੀਗਾ ਇਹ ਵੀ ਪੱਕਾ ਕੰਮ ਹੋਇਆ ਅਤੇ ਗਰੈਂਡਰ ਗਰੂੰਡਰ ਮਾਰਨੇ ਆ ਤੁਹਾਨੂੰ ਦੱਸਿਆ ਸੀਗਾ ਪੇਂਟ ਦਾ ਕੰਮ ਨਹੀਂ ਹਜੇ ਮੈਂ ਪੂਰਾ ਕਰਾਇਆ ਉਹ ਹੈ ਅਤੇ ਟਰੈਕਟਰ ਪਿਛਲੀ ਵਾਰ ਵਾਂਗੂ ਅੱਜ ਵੀ ਗੰਦਾ ਮਿਊਜ਼ਿਕ ਸਿਸਟਮ ਐਂਪ ਮੈਂ ਲਾਇਆ ਹੋਇਆ ਆ ਐਂਪ ਨੂੰ ਪ੍ਰੋਬਲਮ ਆ ਗਈ ਪਾਣੀ ਪੈ ਗਿਆ ਸੀਗਾ ਐਂਪ ਲਾਇਆ ਹੋਇਆ ਆ ਖਰਾਬ ਖਰੂਬ ਨਹੀਂ ਹੋਇਆ ਚੱਲਦਾ ਸੀਗਾ ਵਿੱਚ ਵਿੱਚ ਡਿਸਟਰਬੈਂਸ ਦਿੱਤਾ ਸੀ ਤਾਂ ਕਰਕੇ ਮੈਂ ਖੋਲ੍ਹਿਆ ਹੋਇਆ ਆ ਅਤੇ ਲਓ ਵੀ ਮਿੱਤਰੋ ਦੋਏ ਵੀ ਜਗਾਤੀਆਂ ਇਹ ਇਕੱਲੀ ਇਕੱਲੀ ਵੀ ਜਗਾ ਸਕਦੇ ਆ ਦੋਨੋਂ ਵੀ ਜਗਾ ਸਕਦੇ ਇਹਦੇ ਮੈਂ ਬਲਾਸਟਰ ਚੇਂਜ ਕੀਤੇ ਆ 55 ਵਾਟ ਅਤੇ ਐੱਚ ਆਈ ਡੀਆਂ ਵੀ ਚੇਂਜ ਕੀਤੀਆਂ ਆ ਵੈਸੇ ਐੱਚ ਆਈ ਡੀਆਂ ਚੇਂਜ ਕਰਨ ਦੀ ਲੋੜ ਨਹੀਂ ਹੁੰਦੀ ਸਾਨੂੰ ਲਾਈਟ ਗੱਡੀਆਂ ਕਰਕੇ ਘੱਟ ਲੱਗਦੀ ਸੀਗੀ ਗੱਡੀਆਂ ਦੇ ਕੰਪੈਰੇਟਿਵਲੀ ਸਾਨੂੰ ਘੱਟ ਲੱਗਦੀ ਸੀਗੀ ਲਾਈਟ ਚੈੱਕ ਕਰੋ
ਇਹ 'ਚ ਕਾਲੇ 55 ਵਾਟ ਦੇ ਬਲਾਸਟਰ ਪਾਏ ਆ ਜਿਹੜੇ ਆਪਣੇ ਜ਼ੀਨਨ ਪਲੈਨਟ ਦੇ ਆਉਂਦੇ ਆ ਅਤੇ ਆਰਕੇਡਸ ਕੰਪਨੀ ਦੇ ਆ ਜ਼ੀਨਨ ਪਲੈਨਟ ਦੇ ਹੁੰਦੇ ਆ ਅਤੇ ਲਾਈਟ ਇਹਨਾਂ ਦੀ ਵਾਧੂ ਆ ਦਿਨ ਵੇਲੇ ਵੀ ਮਤਲਬ ਕਿ ਕਾਫੀ ਪਤਾ ਲੱਗਦਾ ਆ ਜਗਦੀਆਂ ਦਾ ਰਾਤ ਨੂੰ ਤਾਂ ਕਰਦੀਆਂ ਪੂਰਾ ਚਾਨਣ ਤੁਹਾਨੂੰ ਮੈਂ ਦਿਖਾ ਦਿੰਦਾ ਔਰੇਂਜ ਵਾਲੇ ਵੀ ਲਗਾ ਕੇ ਦਿਖਾ ਦਿੰਦਾ ਤੁਹਾਨੂੰ ਕਵਰ ਉਹਨਾਂ 'ਤੇ ਔਰੇਂਜ ਕਵਰ ਲਾਤਾ ਔਰੇਂਜ ਕਵਰ 'ਚ ਵੀ ਲਾਈਟ ਪੂਰੀ ਨਿਕਲਦੀ ਆ ਬਹੁਤ ਸੋਹਣੀਆਂ ਲੱਗਦੀਆਂ ਜਾਗਦੀਆਂ ਰਾਤ ਨੂੰ ਚਾਨਣ ਪੂਰਾ ਕਰਦੀਆਂ ਲਓ ਮਿੱਤਰੋ ਇਹ ਕੀਤਾ ਹੈ ਮੈਂ ਸਵਿੱਚ ਰੀਜਨਲ ਲਾਇਆ ਹੋਇਆ ਆ ਇਹਨੂੰ ਤੁਹਾਨੂੰ ਦਿਖਾਲਦਾ ਮੈਂ ਆਹ ਲੱਗਾ ਆ ਸਵਿੱਚ ਇਹਦਾ ਜਦੋਂ ਲਾਈਟ ਜਗਦੀ ਹੋਊਗੀ ਇਹਦੇ ਵਿੱਚ ਤਾਂ ਇਹਦਾ ਮਤਲਬ ਮੋਰੀ ਲਾਈਟਾਂ ਜਗਦੀਆਂ ਆ ਜਿੱਦਾਂ ਡਰਾਈਵਰ ਉੱਤੇ ਬੈਠਾ ਉਹਨੂੰ ਨਹੀਂ ਪਤਾ ਲਾਈਟਾਂ ਜਗਦੀਆਂ ਦਿਨ ਵੇਲੇ ਕਿਤੇ ਜਗਦੀਆਂ ਤਾਂ ਆਹ ਸਵਿੱਚ ਦੇ ਵਿੱਚ ਲਾਈਟ ਜਗਦੀ ਰਹੂਗੀ ਇੱਥੋਂ ਅਸੀਂ ਬੰਦ ਕਰ ਦਿੱਤੀਆਂ ਤਾਂ ਲਾਈਟ ਬੁੱਝ ਜਾਣੀ ਆ ਇੱਥੋਂ ਔਨ ਕਰਤੀ ਤਾਂ ਲਾਈਟ ਜਗ ਜਾਣੀ ਇਹ ਵੀ ਰੀਜਨਲ ਸਵਿੱਚ ਆ ਸੋਲਿਸ ਦਾ ਸੋਲਿਸ ਟਰੈਕਟਰ ਜਿਹੜਾ ਆਉਂਦਾ ਇਹਨਾਂ ਦਾ ਸੋਨਾਲੀਕਾ ਦਾ ਉਹਦਾ ਰੀਜਨਲ ਟਰੈਕਟਰ ਦਾ ਇਹ ਸਵਿੱਚ ਆ ਅਤੇ ਰਹੀ ਗੱਲ ਮਿੱਤਰੋ ਸਲਾਂਸਰ ਦੀ ਸਲਾਂਸਰ ਦੀ ਇੱਦਾਂ ਆਵਾਜ਼ ਘਟਾਈ ਆ ਇਹਦੇ ਵਿੱਚ ਬਾਂਸਰੀ ਪਾਈ ਹੋਈ ਆ ਆਪਾਂ ਇਹ ਟਰਬੋ ਵਾਲਾ ਟਰੈਕਟਰ ਨਹੀਂ ਗਾ ਤੁਹਾਨੂੰ ਮੈਂ ਚੱਕ ਕੇ ਦਿਖਾਲ ਦਿੰਦਾ ਕਈ ਵੀਰਾਂ ਨੇ ਕਹਿਣਾ ਵੀ ਟਰਬੋ ਲਾਇਆ ਤਾਂ ਕਰਕੇ ਆਵਾਜ਼ ਘੱਟ ਆ ਇਹ ਟਰਬੋ ਕਰਕੇ ਆਵਾਜ਼ ਘੱਟ ਨਹੀਂ ਇਹਦੇ ਵਿੱਚ ਬਾਂਸਰੀ ਪਾਈ ਹੋਈ ਆ ਪੂਰੀ ਇੱਥੇ ਤੱਕ ਉੱਪਰ ਤੱਕ ਵਿੱਚ ਛੋਟੇ ਛੋਟੇ ਛੇਕ ਕੀਤੇ ਹੋਏ ਆ ਅਤੇ ਉੱਪਰੋਂ ਬਾਂਸਰੀ ਉਹ ਬੰਦ ਆ ਘੁੱਟ ਜਾਂਦੀ ਆ ਅਤੇ ਉਹਦੇ ਕਰਕੇ ਆਵਾਜ਼ ਇਹਦੀ ਬਿਲਕੁਲ ਦੱਬ ਜਾਂਦੀ ਆ ਬਹੁਤ ਘੱਟ ਆ ਟਰੈਕਟਰ ਦੱਬਦਾ ਨਹੀਂ ਉਹਦੇ ਨਾਲ ਪਰ ਆਵਾਜ਼ ਘੱਟ ਜਾਂਦੀ ਆ ਬਿਲਕੁਲ ਸਾਮੀ ਸਾਮੀ ਆਵਾਜ਼ ਆ ਜਿੱਦਾਂ ਰੀਜਨਲ ਟਰੈਕਟਰ ਦੀ ਆਉਂਦੀ ਹੈ ਤਾਂ ਤੁਹਾਨੂੰ ਆਵਾਜ਼ ਵੀ ਚੈੱਕ ਕਰਾ ਦਿੰਦਾ ਨੋਰਮਲ ਆਵਾਜ਼ ਆ ਟਰੈਕਟਰ ਦੀ ਰੇਸ ਮਾਰ ਕੇ ਵੀ ਦਿਖਾ ਦਿੰਦਾ ਬੈਲਟ ਜਲਦੀ ਵੀ ਦੇਖ ਲਓ ਮਿੱਤਰੋ ਕੋਈ ਲਾਈਨ ਆਊਟ ਨਹੀਂ ਹੈਗੀ ਬਿਲਕੁਲ ਸਿੱਧੀ ਬੈਲਟ ਚੱਲਦੀ ਆ ਬੈਲਟ ਚੱਲਣ ਦੇ ਹਿਸਾਬ ਦੇ ਨਾਲ ਇਹਦਾ ਜਿਹੜਾ ਫੰਡੀਸ਼ਨ ਆ ਥੱਲੇ ਬਣਾਇਆ ਆ ਬੈਲਟ ਬਿਲਕੁਲ ਸਿੱਧੀ ਚੱਲੂਗੀ ਅਤੇ ਵੱਢ ਵੀ ਨਹੀਂ ਹੋਊਗੀ ਅਤੇ ਲੌਂਗ ਟਾਈਮ ਚੱਲੂਗੀ ਟਰੈਕਟਰ ਨੂੰ ਕਰ ਦਿੰਦੇ ਬੰਦ ਜਿਹੜੇ ਰਹਿ ਗਏ ਉੱਚੇ ਪੈਰਦਾਨ ਇਹ ਉੱਚੇ ਪੈਰਦਾਨ ਕਰਨ ਲਈ ਸਾਨੂੰ ਪੈਡਲ ਵੱਢ ਕੇ ਇਹਦੇ ਵਿੱਚ ਐਕਸਟੈਂਸ਼ਨ ਆਰਮ ਪਾਉਣੀ ਪੈਂਦੀ ਹੈ ਇੰਨੀ ਕੁ ਐਕਸਟੈਂਸ਼ਨ ਲਾਉਣੀ ਪੈਂਦੀ ਆ ਸਰੀਏ ਦੀ ਇੰਨੀ ਉਹ ਮੋਟੀ ਲਾਈ ਆ ਆਪਾਂ ਤੁਸੀਂ ਦੇਖ ਸਕਦੇ ਆਹ ਵੈਲਡਿੰਗ ਹੋਈ ਆ ਥੱਲੇ ਐਕਸਟੈਂਸ਼ਨ ਇੰਨੀ ਦੀ ਇੰਨੀ ਲਾਈ ਆ ਅਤੇ ਥੱਲਿਓਂ ਵੀ ਵੈਲਡਿੰਗ ਕੀਤੀ ਹੋਈ ਆ ਨਾਲ ਉਹਦੇ ਸਪੋਰਟ ਵੀ ਲਾਈ ਆ ਇੰਨੀ ਪੱਤੀ ਦੀ ਸਪੋਰਟ ਲਾਈ ਹੋਈ ਆ ਨਾਲ ਤੁਸੀਂ ਦੇਖ ਸਕਦੇ ਹੋ ਉਹ ਨਾਲ ਅਤੇ ਇਹਨੂੰ ਇੱਕ ਆਹ ਪੱਤੀ ਲੱਗੀ ਆ ਪਲੇਟਫਾਰਮ ਨੂੰ ਉਹ ਅਸੀਂ ਟੈਂਕੀ ਲਾਉਣੀ ਸੀ ਤਾਂ ਕਰਕੇ ਇਹ ਟੇਢੀ ਲੱਗੀ ਨਹੀਂ ਤਾਂ ਜੇ ਟੈਂਕੀ ਨਾ ਲਾਉਣੀ ਹੁੰਦੀ ਫਿਰ ਇਹ ਪੱਤੀ ਦਿਖਣੀ ਨਹੀਂ ਸੀਗੀ ਅਤੇ ਆਹ ਪੌੜੀ ਨੂੰ ਇਹਨਾਂ ਨੇ ਐਵੇਂ ਸਪੋਰਟ ਦੇ ਦਿੱਤੀ ਮੈਂ ਲਵਾਉਣ ਦੇ ਹੱਕ 'ਚ ਨਹੀਂ ਸੀਗਾ ਕਿਉਂਕਿ ਟੈਂਕੀ ਨੂੰ ਸਪੋਰਟ ਇੰਨੀ ਨਹੀਂ ਇੰਨੀ ਦੀ ਲੋੜ ਨਹੀਂ ਹੈਗੀ ਟੈਂਕੀ ਹਲਕੀ ਆ ਕੁਛ ਬਹੁਤੀ ਭਾਰੀ ਨਹੀਂ ਹੈਗੀ ਪਲੇਟਫਾਰਮ ਜਿਹੜਾ ਆ ਆਹ ਪੱਤੀਆਂ 'ਤੇ ਕੱਸਿਆ ਹੋਇਆ ਆ ਆਹ ਪੱਤੀ 'ਤੇ ਅਤੇ ਇੱਕ ਉਹ ਪਿੱਛੇ ਪੱਤੀ ਲੱਗੀ ਹੋਈ ਆ ਇਹਨਾਂ ਦੋਨੋਂ ਪੱਤੀਆਂ 'ਤੇ ਪਲੇਟਫਾਰਮ ਕੱਸਿਆ ਹੋਇਆ ਆ ਅਤੇ ਮਗਰਾਟ ਵੱਢਣਾ ਪੈਣਾ ਸੀਗਾ ਜੇ ਆਪਾਂ ਇਹਨੂੰ ਪਤਲਾ ਰੱਖਣਾ ਸੀਗਾ ਨਾ ਜੇ ਆਪਾਂ ਸਿਰਫ ਇੰਨਾ ਹੀ ਇੰਨੀ ਇਹਦੀ ਲੈਂਥ ਰੱਖਣੀ ਸੀ ਫਿਰ ਆਹ ਮਗਰਾਟ ਵੱਢਣਾ ਪੈਣਾ ਸੀ ਇੰਨਾ ਅਸੀਂ ਸ਼ੁਰੂ ਵੀ ਕੀਤਾ ਸੀਗਾ ਵੱਢਣਾ ਪਰ ਮੈਂ ਰੋਕ ਦਿੱਤਾ ਉਹਨਾਂ ਨੂੰ ਵੀ ਤੁਸੀਂ ਪਲੇਟਫਾਰਮ ਕਰਕੇ ਓਰੀਜਨਲ ਮੜਗਾੜ ਨਾ ਵੱਢੋ ਕਿਉਂਕਿ ਇਹ ਤਿੜਨ ਲੱਗ ਜਾਣਾ ਸੀਗਾ ਨਹੀਂ ਤਾਂ ਕੋਲਰ ਜਿਹੜੀ ਬਣੀ ਹੋਈ ਆ ਇਹਦੇ ਕਰਕੇ ਮਗਰਾਟ ਤਿੜਨੋਂ ਬਚ ਜਾਂਦਾ ਆ ਅਤੇ ਇਸ ਕਰਕੇ ਮੈਂ ਮਗਰਾਟ ਕਟਾਇਆ ਨਹੀਂ ਤਾਂ ਇਹਦੀ ਪੱਤੀ ਹੀ ਚੌੜੀ ਕਰ ਦਿੱਤੀ ਇਹ ਤਾਂ ਕਰਕੇ ਇੰਨਾ ਚੌੜਾ ਆ ਅਤੇ ਜਿਹੜੇ ਆਹ ਛੇਕ ਆ ਇਹ ਡਰਿੱਲ ਨਾਲ ਛੇਕ ਮਾਰ ਕੇ ਨਾਲ ਸੂੰਬੇ ਦੇ ਨਾਲ ਬਾਹਰ ਨੂੰ ਕੱਢ ਦਿੰਦੇ ਜਿੱਦਾਂ ਇਹ ਉੱਪਰ ਨੂੰ ਉੱਭਰੇ ਉੱਭਰੇ ਆ ਸਾਰੇ ਛੇਕ ਉੱਪਰੇ ਉੱਪਰ ਨੂੰ ਉੱਭਰੇ ਆ ਅਤੇ ਰਹਿ ਗਈ ਗੱਲ ਹੀਟ ਗਾਰਡ ਦੀ ਹੀਟ ਗਾਰਡ ਵੀ ਆਪਣਾ ਪੱਕਾ ਨਹੀਂ ਲੱਗਾ ਹੋਇਆ ਇਹ ਵੀ ਆਪਾਂ ਖੁੱਲ੍ਹਦਾ ਕੀਤਾ ਵੀ ਜਦੋਂ ਵੀ ਕਿਤੇ ਜਿੱਦਾਂ ਸਾਡਾ ਟਰੈਕਟਰ ਘੱਟ ਚੱਲਦਾ ਸਿਰਫ ਲੱਕੜ 'ਤੇ ਹੀ ਚੱਲਦਾ ਅਸੀਂ ਸਿਰਫ ਲੱਕੜ ਲੈ ਕੇ ਜਾਣੀ ਹੁੰਦੀ ਲੈ ਕੇ ਆਉਣੀ ਹੁੰਦੀ ਆ ਤਾਂ ਕਰਕੇ ਇਹਨੂੰ ਖੁੱਲ੍ਹਦਾ ਰੱਖਿਆ ਆ ਵੀ ਜੇ ਕੱਲ੍ਹ ਨੂੰ ਕਿਤੇ ਖੇਤੀ ਖੁਤੀ ਦਾ ਪ੍ਰੋਗਰਾਮ ਬਣੇ ਜਾਂ ਖੇਤੀ ਲਈ ਫਿਰ ਇਹ ਪਲੇਟਫਾਰਮ ਕਾਮਯਾਬ ਨਹੀਂ ਆ ਲੱਤਾਂ ਬਹੁਤ ਥੱਕਦੀਆਂ ਇਹਦੇ ਵਿੱਚ ਜਿਹੜੀ ਆ ਹੀਟ ਗਾਰਡ ਆ ਇਹ ਵੀ ਥੱਲੇ ਕੱਸਿਆ ਹੋਇਆ ਆ ਤੁਹਾਨੂੰ ਮੈਂ ਦਿਖਾਲ ਦਿੰਦਾ ਉਹ ਅੱਗੇ ਨਟ ਲੱਗਾ ਹੋਇਆ ਆ ਆਹ ਵਾਲਾ ਆਹ ਵਾਲਾ ਅਤੇ ਇਹਦੇ ਨਾਲ ਹੀਟ ਗਾਰਡ ਕੱਸਿਆ ਅਤੇ ਇੱਕ ਨਟ ਲੱਗਾ ਆ ਇੱਥੇ ਅਤੇ ਇੱਕ ਪਰਲੇ ਪਾਸੇ ਇਹ ਦੋ ਨਟ ਲੱਗੇ ਆ ਆਹ ਤਾਂ ਤੁਹਾਨੂੰ ਦਿਖਦੇ ਹੀ ਆ ਸਾਹਮਣੇ ਇੱਥੋਂ ਖੁੱਲ੍ਹ ਜਾਂਦਾ ਅਤੇ ਜੇ ਪਲੇਟਫਾਰਮ ਖੁੱਲ੍ਹਣਾ ਹੋਵੇ ਸਾਰਾ ਪਲੇਟਫਾਰਮ ਚੱਕ ਹੋ ਜਾਣਾ ਅਗਵਲੀ ਪਲੇਟ ਜਿਹੜੀ ਆ ਇਹ ਵੀ ਨਵੀਂ ਬਣਾਈ ਸੀਗੀ ਇਹ ਵੀ ਸਾਡੇ ਕੋਲ ਪੁਰਾਣੀ ਹੈਗੀ ਆ ਓਰੀਜਨਲ ਆਹ ਵੀ ਓਰੀਜਨਲ ਆ ਸਿਰਫ ਆਹ ਤਿੰਨ ਟਾਂਕੇ ਝਾੜਨੇ ਪੈਣੇ ਆ ਇੱਕ ਦੋ ਅਤੇ ਆਹ ਤਿੰਨ
ਇੱਧਰ ਤਾਂ ਦੋ ਹੀ ਲੱਗੇ, ਉੱਧਰ ਤਿੰਨ ਲੱਗੇ ਹੋਏ ਆ। ਇਹ ਇੱਦਾਂ ਦਾ ਇੱਦਾਂ ਪਲੇਟਫਾਰਮ ਚੱਕ ਕੇ ਅਤੇ ਅਸੀਂ ਓਰੀਜਨਲ ਲਗਾ ਸਕਦੇ ਹਾਂ। ਕੋਈ ਓਰੀਜਨਲ ਕਟਿੰਗ ਨਹੀਂ ਹੋਈ, ਕੋਈ ਜੁਗਾੜਬਾਜ਼ੀ ਨਹੀਂ ਹੋਈ, ਕੋਈ ਕੁਛ ਨਹੀਂ ਹੋਇਆ। ਇੱਥੋਂ ਵੀ ਆਹ ਪੂਰਾ ਆਹ ਦੇਖੋ ਕਵਰ ਕਰਦਾ ਆ। ਜਦੋਂ ਇਹ ਪੇਂਟ ਹੋਇਆ ਇੱਦਾਂ ਦੀਆਂ ਆਹ ਚੀਥਾਂ ਹੀ ਆ ਬੰਦ ਹੋ ਜਾਣੀਆਂ, ਆਹ ਜਿੱਦਾਂ ਕੱਟ ਦੇ ਲੱਗੇ ਆ, ਕਿਉਂਕਿ ਜੋ ਗਰੈਂਡਰ ਚੱਲਣਾ ਉਹਨੇ ਆਪਣੀ ਜਗ੍ਹਾ ਤਾਂ ਲੈਣੀ ਆ। ਅਸੀਂ ਆਹ ਨੋਰਮਲ ਲਾਈਟਾਂ ਲਾਈਆਂ ਸੀਗੀਆਂ ਸੋਹਣੀਆਂ ਲੱਗਣ ਲਈ। ਇਹਦਾ ਵੀ ਸਵਿੱਚ ਉਹ ਉੱਪਰ ਲੱਗਾ ਹੋਇਆ ਆ, ਆਪਾਂ ਨੋਰਮਲ ਚੱਲਣ ਲਈ ਲਾਈਆਂ ਸੀਗੀਆਂ ਵੀ ਸੋਹਣੀਆਂ ਲੱਗਣ। ਛੱਤਰੀ ਤਾਂ ਸਾਡੇ ਕੰਮ ਦੀ ਨਹੀਂ ਹੈਗੀ ਪਹਿਲੀ ਗੱਲ, ਜੇ ਲੱਕੜ 'ਤੇ ਚੱਲਣਾ, ਕਿਉਂਕਿ ਉਹ ਪਿੱਛੋਂ ਟੁੱਟਦੀ ਆ। ਗਾਟਾ ਸਾਡੇ ਟਰਾਲੀ ਦਾ ਕਾਫੀ ਲੰਬਾ, ਪਰ ਫਿਰ ਵੀ ਟਰਾਲੀ ਪਿੱਛੇ ਜੋ ਲੱਕੜਾਂ ਪਈਆਂ ਹੁੰਦੀਆਂ ਟਰੈਕਟਰ ਵੱਜਦਾ ਜਾ ਕੇ। ਇੱਕ ਆਪਾਂ ਹੁੱਕ ਵੀ ਨਵੀਂ ਬਣਨੀ ਦਿੱਤੀ ਆ, ਸ਼ਾਇਦ ਉਹਦੇ ਨਾਲ ਫਰਕ ਪੈ ਜਾਵੇ ਤਾਂ ਆਪਾਂ ਛੱਤਰੀ ਚੇਂਜ ਕਰਾ ਦੇਵਾਂਗੇ। ਆਹ ਇੰਟਰਫਾਇਰ ਦਾ ਸਾਡੇ ਐਂਪ ਲੱਗਾ ਆ, ਇਹ ਵੀ ਭਿੱਜਦਾ, ਪਰ ਇਹਨੂੰ ਹੋਇਆ ਅੱਜ ਤੱਕ ਕੁਛ ਨਹੀਂ ਗਾ। ਨਾਲ ਆਪਣੇ ਪਾਇਨੀਅਰ ਦੇ 12-11 D4 ਜਿਹੜਾ ਬੂਫਰ ਆਉਂਦਾ ਆ ਚੈਂਪੀਅਨ ਸੀਰੀਜ਼, ਉਹ ਲੱਗਾ ਹੋਇਆ ਆ। ਟਰੈਕਟਰ ਦੇ ਪੰਨੀਆਂ ਵੀ ਨਹੀਂ ਉਤਰੀਆਂ ਹਜੇ, ਟਰੈਕਟਰ ਬਿਲਕੁਲ ਨਵਾਂ ਪਿਆ। ਆਹ ਲਾਈਟਾਂ ਲਾਉਣ ਲਈ, ਜੇ ਟਰਾਲੀ ਦੀਆਂ ਲਾਈਟਾਂ ਵਗੈਰਾ ਲਈ ਆ। ਅਤੇ ਇੱਕ ਆਹ ਚੀਜ਼ ਆ, ਇਹਨੂੰ ਖੋਲ੍ਹ ਦੇਣਾ ਚਾਹੀਦਾ ਜਦੋਂ ਆਪਾਂ PTO ਵਗੈਰਾ 'ਤੇ ਚੱਲਦਾ ਹੋਵੇ ਜਾਂ ਜ਼ਿਆਦਾ ਟਾਈਮ ਟਰੈਕਟਰ ਚੱਲਦਾ, ਤਾਂ ਇਹ ਹਵਾ ਨਿਕਲਣ ਲਈ ਆ, ਗੈਸ ਜਿਹੜੀ ਬਣਦੀ ਆ ਇਹਨੂੰ ਮਾੜਾ ਜਿਹਾ ਢਿੱਲਾ ਕਰ ਦਿੱਤਾ ਜਾਵੇ, ਜਾਂ ਇਹਨੂੰ ਕੱਸ ਕੇ ਤਾਂ ਰੱਖੋ ਹੀ ਨਾ, ਥੋੜ੍ਹਾ ਜਿਹਾ ਢਿੱਲਾ ਕਰਕੇ ਰੱਖੋ। ਟਰੈਕਟਰ ਬਿਲਕੁਲ ਨਵਾਂ, ਉਹ ਦੇਖੋ ਆ ਪੰਨੀਆਂ ਜਿਹੀਆਂ ਵੀ ਨਹੀਂ ਉਤਰੀਆਂ ਹਜੇ। ਤੁਹਾਨੂੰ ਮੈਂ ਤਾਂ ਦੱਸਦਾ ਵੀ ਟਰੈਕਟਰ ਨਵਾਂ, ਵੀ ਕੁਛ ਬਹੁਤਾ ਚੱਲਿਆ ਨਹੀਂ ਹੋਇਆ, ਅਤੇ ਆਪਾਂ ਮੋਡੀਫਿਕੇਸ਼ਨ ਬਿਲਕੁਲ ਸਾਮੀ ਸਾਮੀ ਕਰਾਈ, ਕੁਛ ਖਾਸ ਮੋਡੀਫਿਕੇਸ਼ਨ ਨਹੀਂ ਕਰਾਈ ਹੋਈ, ਸਿਰਫ ਆਹੀ 4-5 ਦਿਖਦੀਆਂ ਮੋਡੀਫਿਕੇਸ਼ਨਾਂ ਆ। ਆਹ ਨਟ ਤਾਂ ਕਰਕੇ ਲੱਗੇ ਹੋਏ ਆ, ਵੀਡੀਓ 'ਚ ਮੈਸੇਜ ਆਏ ਸੀ, ਆਹ 3 ਨਟ ਵੀ ਥੱਲੇ ਬਾਜੇ ਲੱਗੇ ਹੋਏ, ਉਹ ਆਪਾਂ ਇਹਦੇ ਨਾਲ ਕੱਸੇ ਹੋਏ ਆ, ਵੈਲਡਿੰਗ ਨਹੀਂ ਕੀਤੇ। ਵੈਲਡਿੰਗ ਆਪਾਂ ਕਰ ਸਕਦੇ ਸੀਗੇ, ਪਰ ਸਾਨੂੰ ਸਹੀ ਨਹੀਂ ਲੱਗਾ ਵੀ ਵੈਲਡਿੰਗ ਨਾਲ ਰੰਗ ਖਰਾਬ ਹੋਣਾ, ਕਿਉਂਕਿ ਇਹ ਬਾਅਦ 'ਚ ਲਗਾਏ ਸੀਗੇ ਅਤੇ 6 ਵੱਜੇ ਆ, 6 ਵੱਜੇ ਟੋਨਾਂ ਪੂਰੀਆਂ ਨਿਕਲਦੀਆਂ। ਹੁੱਕ ਆਪਣੀਆਂ ਮੂਹਰਲੀ ਪੁਰਾਣੀ ਆ ਚੁੱਲ੍ਹੇ ਨਾਲ, ਕਿਉਂਕਿ ਬੈਲਡ ਆਉਂਦੀ ਆ। ਅਤੇ ਇਹਦਾ ਡਿਜ਼ਾਇਨ ਵੀ ਮੈਂ ਆਪ ਬਣਵਾਇਆ ਸੀਗਾ, ਕਈਆਂ ਦੇ ਅੱਗੇ ਨੂੰ ਜਾ ਕੇ ਫੇਰ ਉੱਪਰ ਨੂੰ ਬੈਂਡ ਆ, ਇਹਦੇ ਪੂਰੀ ਆਪ ਕਟਿੰਗ ਕਰਾਈ ਸੀ ਲੇਜ਼ਰ 'ਤੇ ਕੋਲ ਖੜ ਕੇ, ਅਤੇ ਪੱਤੀ ਵੀ ਚੰਗੀ ਮੋਟੀ ਲਾਈ ਹੋਈ ਆ, ਆ ਤੁਸੀਂ ਚੈੱਕ ਕਰ ਸਕਦੇ ਹਾਂ। ਅਤੇ ਹਾਂਜੀ ਮਿੱਤਰੋ, ਬੋਨਟ ਮੈਂ ਚੱਕ ਦਿੱਤਾ, ਇਹਦੇ ਵਿੱਚ ਏਅਰ ਕਲਿੰਟਰ ਆਹ ਆ ਤੇਲ ਵਾਲਾ ਆ, ਕਿਉਂਕਿ ਇਹ DI ਟਰੈਕਟਰ ਆ, DI ਦੇ ਵਿੱਚ ਏਅਰ ਫਿਲਟਰ ਜਿਹੜਾ ਉਹ ਤੇਲ 'ਚ ਆਉਂਦਾ। ਦਿਖਾ ਦਿੰਦਾ ਸ਼ਾਇਦ ਉੱਪਰੋਂ ਹੀ ਦੇਖੇ, ਗੱਦਾ ਬਹੁਤ ਹੋਇਆ ਅੰਦਰੋਂ, ਪਰ ਇਹ ਏਅਰ ਫਿਲਟਰ ਇਹਦਾ ਤੇਲ ਦੇ ਵਿੱਚ ਆ। ਅਤੇ ਨਾਲੇ ਕਹਿੰਦੇ ਵੀ ਇਹਦੀ ਲਾਈਫ ਵੀ ਕੁਛ ਜ਼ਿਆਦਾ ਹੁੰਦੀ ਆ DI ਟਰੈਕਟਰ ਦੀ, RX ਨਾਲੋਂ DI ਦੀ ਲਾਈਫ ਜ਼ਿਆਦਾ ਹੁੰਦੀ। ਵੈਸੇ ਵੀ ਆਪਣੇ ਵੀਰ ਭਰਾਵਾਂ ਕੋਲ ਸਾਡੇ ਮੇਰੇ ਜਾਣਕਾਰੀ ਦੇ ਵਿੱਚ 2-3 ਟਰੈਕਟਰ ਹੈਗੇ ਆ, ਉਹਨਾਂ ਨੂੰ ਥੋੜ੍ਹਾ ਟਾਈਮ ਹੋਇਆ ਪਰ ਗੱਲਬਾਤ ਉਹ ਰਹੀ ਨਹੀਂ ਇੰਜਣ ਦੇ ਵਿੱਚ। ਅਤੇ ਆਪਣਾ ਲੱਕੜ ਦੇ ਵਿੱਚ ਚੱਲਦਾ ਆ, ਸਾਨੂੰ ਤਾਂ ਹਜੇ ਠੀਕ ਪਰਫੋਰਮੈਂਸ ਦੇਈ ਜਾਂਦਾ, ਪਹਿਲਾ ਸਾਲ ਹੀ ਆ ਹਜੇ, ਅਤੇ ਕੋਈ ਲੀਕੇਜ ਨਹੀਂ ਹੈਗੀ, ਦੇਖ ਸਕਦੇ ਤੁਸੀਂ ਕੋਈ ਵੀ ਲੀਕੇਜ ਨਹੀਂ ਹੈਗੀ ਹਜੇ। ਕਹਿੰਦੇ ਵੀ ਸਾਲ ਦੇ ਵਿੱਚ ਲੀਕੇਜ ਸ਼ੁਰੂ ਹੋ ਜਾਂਦੀ, 1.5 ਸਾਲ ਹੋ ਗਿਆ ਟਰੈਕਟਰ ਨੂੰ, ਕੋਈ ਲੀਕੇਜ ਨਹੀਂ ਹੈਗੀ। ਆਹ ਹੋਰਨਾਂ ਦੀ ਤਾਰ ਜਾਂਦੀ ਆ, ਆਹ ਜਿਹੜੀਆਂ 3-4 ਤਾਰਾਂ ਆ ਇਹ ਮੈਂ ਆਪ ਹੀ ਐਕਸਟੈਂਡ ਕਰਕੇ ਪਾਈਆਂ ਸੀਗੀਆਂ। ਆਹ ਵਿੱਚ ਨੀਲੀ ਤਾਰ ਜਿਹੜੀ ਆ ਉਹ ਹੈੱਡਲਾਈਟਾਂ ਦੀ ਮੇਨ ਆ ਵਾਇਰ, ਅਤੇ ਆਹ ਜਿਹੜੀਆਂ ਆ ਇਹ ਬਾਜਿਆਂ ਦੀਆਂ ਜਾਂਦੀਆਂ, ਥੱਲੇ ਜਿਹੜੇ ਹੋਰਨ ਲੱਗੇ 6 ਵੱਜੇ ਉਹਨਾਂ ਦੀ ਤਾਰ ਜਾਂਦੀ ਆ, ਅਤੇ ਇੱਧਰ ਵੀ ਤਾਰ ਆਹੀ ਜਾਂਦੀ। ਪੂਰੀ ਟੇਪ ਕਰਕੇ ਵਧੀਆ ਤਰੀਕੇ ਦੇ ਨਾਲ ਵਾਇਰਿੰਗ ਮੈਂ ਕੀਤੀ ਸੀਗੀ, ਕੋਈ ਇਹਦੇ ਵਿੱਚ ਕਟਿੰਗ ਵਗੈਰਾ ਨਹੀਂ ਕੀਤੀ, ਇਹਦੇ ਵਿੱਚ ਦੀ ਤਾਰ ਜਾਂਦੀ ਆ। ਇੱਥੋਂ ਵੀ ਸਾਰੀ ਸਲੀਪ ਦੇ ਵਿੱਚ ਦੀ ਆ, ਉਹ ਦੇਖੋ ਕੰਮ ਹੋਇਆ ਆ, ਸਾਰਾ ਵਿੱਚ ਦੀ ਤਾਰਾਂ ਜਾਂਦੀਆਂ ਆ। ਮੂਹਰਿਓਂ ਵੀ ਕੋਈ ਤੁਹਾਨੂੰ ਵਾਧੂ ਵਾਇਰ ਨਹੀਂ ਦਿਖੂਗੀ, ਉਹ ਵਾਇਰਿੰਗ ਦੇ ਨਾਲ ਹੀ ਮੈਂ ਸਾਰੀ ਵਾਇਰਿੰਗ ਕੱਢੀ ਆ ਅਤੇ ਟੇਪ ਕੀਤੀ ਹੋਈ ਆ ਨਾਲ ਹੀ। ਅੱਜ ਤਾਂ ਹੁਣ 9:59 ਨੂੰ ਚੱਕਦਾ ਕਰਦੇ, ਉਹ ਇਸ ਢੰਗ ਦੇ ਨਾਲ ਕਰਦੇ ਆ ਚੱਕਵਾਂ, ਨਾਲ ਸ਼ੌਕਰ ਲਾ ਦਿੰਦੇ, ਇਹਨੂੰ ਵੀ ਲਾਵਾਂਗੇ, ਪਰ ਆਹ ਭਾਰਾ ਬਹੁਤ ਆ ਇਹਦਾ, ਜਿਹੜੀ ਆਹ ਚੀਜ਼ ਆ ਸ਼ੋ ਬਹੁਤ ਭਾਰੀ ਆ। ਹੁਣ ਮੈਂ ਚੱਕੀ ਵੀ ਆ ਨਾ, ਤਾਂ ਮਤਲਬ ਕਿ ਔਖੀ ਚੱਕ ਹੁੰਦੀ, ਇੰਨੀ ਸੌਖੀ ਨਹੀਂ ਚੱਕ ਹੁੰਦੀ ਵੀ ਤੁਸੀਂ ਕਹੋ ਵੀ ਨਿਆਣਾ ਕੋਈ ਵੀ ਖੋਲ੍ਹ ਸਕਦਾ, ਇੱਦਾਂ ਨਹੀਂ ਹੈਗੀ। ਅਤੇ ਪੱਖਾ ਵੀ ਇਹਦਾ ਪਲਾਸਟਿਕ ਦਾ ਆ, ਕੋਸਟ ਕਟਿੰਗ ਤਾਂ ਹੁਣ ਕੰਪਨੀ ਨੇ ਕਰਨੀ ਆ, ਪਲਾਸਟਿਕ ਦਾ ਪੱਖਾ ਆ। ਰੇਡੀਏਟਰ ਕਾਫੀ ਹੈਵੀ ਦਿੱਤਾ ਆ ਇਹਨੂੰ, ਵਾਇਰਿੰਗ ਵਗੈਰਾ ਲਈ ਹਰੇਕ ਜਗ੍ਹਾ ਸਲੀਪ ਚੜ੍ਹੀ ਹੋਈ ਆ, ਨਾਲ ਪੱਤੀਆਂ ਵਗੈਰਾ ਲਾ ਕੇ ਤਾਂ ਵਧੀਆ ਢੰਗ ਦੇ ਨਾਲ ਵਾਇਰਿੰਗ ਕੀਤੀ ਆ। ਐਂ ਨਹੀਂ ਹੈਗਾ ਵੀ ਲੋਕਾਂ ਨੇ ਜਿੱਦਾਂ ਸੋਨਾਲੀਕਾ ਬਦਨਾਮ ਕੀਤਾ ਆ, ਐਂ ਬਦਨਾਮ ਨਹੀਂ ਆ। ਮੇਰੀ ਇਹ ਆਦਤ ਨਹੀਂ ਹੈਗੀ ਵੀ ਆਪਣੀ ਚੀਜ਼ ਦੀ ਆਪਾਂ ਤਰੀਫੇ ਕਰੀ ਜਾਣੀ ਆ, ਜਿਹੜੀਆਂ ਮਾੜੀਆਂ ਚੀਜ਼ਾਂ ਹੈਗੀਆਂ ਉਹ ਵੀ ਹੈਗੀਆਂ ਆ, ਉਹ ਵੀ ਮੈਂ ਤੁਹਾਨੂੰ ਦੱਸੂਗਾ ਅਗਲੀ ਵੀਡੀਓ, ਤੁਹਾਨੂੰ ਇਹਦੀਆਂ ਮਾੜੀਆਂ ਚੀਜ਼ਾਂ ਲਈ ਹੋਊਗੀ, ਪਰ ਜਿਹੜੀ ਵਧੀਆ ਚੀਜ਼ਾਂ ਉਹ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ। ਕੋਈ ਲੀਕੇਜ ਵਗੈਰਾ, ਪਾਣੀ ਦੀ ਵੀ ਲੀਕੇਜ ਬਿਲਕੁਲ ਨਹੀਂ ਹੈਗੀ ਵੀ, ਤੇਲ ਦੀ ਤਾਂ ਤੁਸੀਂ ਛੱਡੇ ਗੱਲ ਦਿਓ ਵੀ ਕੋਈ ਤੇਲ ਦੀ ਬੂੰਦ ਸਿੱਟੀ ਹੋਊਗੀ, ਤੇਲ ਦੀ ਬੂੰਦ ਇਹਨੇ ਕੋਈ ਨਹੀਂ ਸਿੱਟੀ ਅੱਜ ਤਾਈਂ, ਅਸੀਂ ਵੀ ਪੂਰਾ ਧਿਆਨ ਰੱਖਦੇ ਹਾਂ।
ਆਹ ਦੇਖੋ ਵਾਇਰਿੰਗ ਸਾਰੀ ਸਲੀਪ ਚਾੜ ਕੇ ਨਾਲ ਟੇਪ ਉੱਤੋਂ ਦੀ ਕਰ ਦਿੱਤੀ ਆ, ਕੋਈ ਵਾਇਰਿੰਗ ਤੁਹਾਨੂੰ ਖੁੱਲ੍ਹੀ ਨਹੀਂ ਮਿਲੂਗੀ। ਬੈਟਰੀ ਨੂੰ ਵੀ ਇੱਕ ਵਾਇਰ ਜਾਂਦੀ ਆ, ਉਹ ਤੁਸੀਂ ਦੱਸ ਦਿਓ ਮੈਨੂੰ ਹੁਣ ਕਿੱਥੋਂ ਜਾਂਦੀ ਆ, ਕਮੈਂਟ ਕਰਕੇ ਦੱਸਿਓ। ਬੈਟਰੀ ਨੂੰ ਸਿਸਟਮ ਦੀ ਤਾਰ ਜਾਂਦੀ ਆ, ਸਾਹਮਣੇ ਦਿਖਦਾ ਆਹ ਵਾਲੀ ਸਿਸਟਮ ਦੀ ਵਾਇਰ ਆ, ਅਤੇ ਇੱਕ ਵਾਇਰ ਜਾਂਦੀ ਆ ਹੋਰਨਾਂ ਦੀ ਇਹਦੇ ਵਿੱਚ। ਆਹ ਦੇਖੋ ਜਿੱਦਾਂ ਓਰੀਜਨਲ ਸਲੀਪ ਚੜ੍ਹੀ ਆ, ਉੱਦਾਂ ਹੀ ਆਹ ਸਲੀਪ ਓਰੀਜਨਲ ਚੜ੍ਹੀ ਆ, ਇਹ ਸੈਲਫ ਨੂੰ ਜਾਂਦੀ ਆ। ਹੋਰ ਤਾਂ ਵਿੱਚ ਟਰੈਕਟਰ ਦੇ ਸਾਡੇ ਤਾਂ ਕੁਛ ਨਹੀਂ ਰਹਿ ਗਿਆ, ਬਹੁਤ ਵਧੀਆ ਢੰਗ ਦੇ ਨਾਲ ਅਸੀਂ ਵੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਆ। ਥੱਲਿਓ ਵੀ ਇੱਕ ਵਾਰੀ ਦਿਖਾ ਦਿੰਦਾ ਤੁਹਾਨੂੰ, ਪਰਲੀ ਸਾਈਡ ਤੋਂ ਇਹਨੇ ਅੱਜ ਤੱਕ ਕੂਲੈਂਟ ਨਹੀਂ ਘਟਾਇਆ, ਹੌਟ ਫੁੱਲ। ਜਦੋਂ ਟਰੈਕਟਰ ਗਰਮ ਹੋ ਜਾਂਦਾ ਰੇਡੀਏਟਰ ਵਾਲਾ ਮਾਰੇ ਫੇਰ ਇੱਥੇ ਤੱਕ ਆਉਂਦਾ। ਮੈਂ ਇੱਕ ਵਾਰੀ ਗਰਮ ਵੀ ਕੀਤਾ, ਇਹ ਮੈਂ ਫੋਟੋ ਲਾ ਦੂੰਗਾ ਵਿੱਚ, ਉਦੋਂ ਇੱਥੇ ਕੁ ਤੱਕ ਆਇਆ ਸੀਗਾ, ਇੱਥੇ ਪੂਰਾ ਵੀ ਨਹੀਂ ਚੜ੍ਹਿਆ, ਇੱਥੇ ਕੁ ਤੱਕ ਆਇਆ ਸੀ। ਉੱਦਾਂ ਨੋਰਮਲ ਟਰੈਕਟਰ ਜਦਾਂ ਮੈਂ ਲਿਆਂਦਾ ਉਦੋਂ ਦਾ ਇੱਥੇ ਹੀ ਆ, ਅਤੇ ਇੱਥੇ ਹੀ ਰਹਿੰਦਾ, ਕਦੇ ਇਹ ਉੱਚਾ ਨੀਵਾਂ ਨਹੀਂ ਹੋਇਆ, ਕਦੇ ਨਾ ਢਿੱਲਾ ਹੋਇਆ। ਲੋਕ ਕਈ ਕਮੈਂਟ ਕਰਦੇ ਵੀ ਢਿੱਲਾ ਹੋ ਗਿਆ ਜੀ, ਐਂ ਹੋ ਗਿਆ, ਬਿਲਕੁਲ ਸਹੀ ਆ, ਕੋਈ ਲੀਕੇਜ ਨਹੀਂ ਹੈਗੀ, ਤੁਸੀਂ ਚੈੱਕ ਕਰ ਲਓ ਇੱਕ ਵਾਰੀ। ਆਹ ਦੇਖ ਲਓ, ਆਹ ਮਿੱਟੀ ਮਾੜੀ ਮੋਟੀ ਜਿਹੜੀ ਜੰਮੀ ਹੋਊਗੀ ਜੰਮੀ ਹੋਊਗੀ, ਵੈਸੇ ਇਹਨੂੰ ਕੋਈ ਲੀਕੇਜ ਨਹੀਂ ਹੈਗੀ। ਪੰਪ ਵੀ ਬਹੁਤ ਵਧੀਆ ਚੱਲਦਾ ਆ, ਇਨਲਾਈਨ ਪੰਪ ਆ। ਰੇਸ ਅਸੀਂ ਖਿਲਾਈ ਸੀਗੀ, ਤੁਹਾਡੇ ਸਾਹਮਣੇ ਹੀ ਆ ਚੱਕਰ, ਮੈਂ ਕਾਫੀ ਖਿਲਾਏ ਹੋਏ ਆ, ਇਹ ਤਕਰੀਬਨ ਇੱਥੇ ਤੱਕ ਸੀਗੀ, ਅਤੇ ਰੇਸ ਇੰਨੀ ਕੁ ਖੋਲ੍ਹੀ ਆ। ਤੇਲ ਦੀ ਇਹਦੀ ਅੱਧੀ ਕੁ ਚੂੜੀ ਖੋਲ੍ਹੀ ਹੋਈ ਆ, ਉਸ ਤੋਂ ਬਾਅਦ ਤੇਲ ਨਹੀਂ ਖੋਲ੍ਹਿਆ, ਅਤੇ ਸਪਰਿੰਗ ਦੀ ਥੋੜ੍ਹੀ ਜਿਹੀ ਤੜ ਵਧਾਈ ਸੀਗੀ, ਟਰੈਕਟਰ ਝਟਕੇ ਜਿਹੇ ਮਾਰਦਾ ਸੀ ਥੋੜ੍ਹੇ ਥੋੜ੍ਹੇ, ਪਰ ਹੁਣ ਖੁੱਲ੍ਹ ਗਿਆ ਟਰੈਕਟਰ, ਵਧੀਆ ਚੱਲਦਾ ਹੁਣ, ਕੋਈ ਪ੍ਰੋਬਲਮ ਨਹੀਂ ਹੈਗੀ। ਅਤੇ ਆਹ ਵੀ ਪੈਪਾਂ ਬਿਲਕੁਲ ਸਹੀ ਆ, ਪਾਵਰ ਸਟੀਅਰਿੰਗ ਦੀਆਂ ਕੋਈ ਲੀਕੇਜ ਨਹੀਂ ਦਿੰਦੀਆਂ। ਆਹ ਹੁੱਕ ਦੇ ਵਿੱਚ ਕਰੈਕ ਆਇਆ ਹੋਇਆ ਤੁਹਾਨੂੰ ਦਿਖਦਾ ਹੋਊਗਾ, ਹੁੱਕ ਕਰੈਕ ਕਰ ਗਈ ਆ ਦੋਨੋਂ ਪਾਸੇ ਹੀ ਆ। ਆਹ ਤਰੇੜ ਆ ਗਈ ਆ, ਉੱਧਰਲੇ ਪਾਸੇ ਵੀ ਤਰੇੜ ਆ ਗਈ, ਅਤੇ ਇੱਥੇ ਇਹਦਾ ਮੂੰਹ ਖੁੱਲ੍ਹ ਗਿਆ ਦੇਖੋ, ਇੰਨੀ ਤਾਂ ਘਸ ਹੀ ਗਈ ਇੱਥੋਂ। ਚਲੋ ਬਾਕੀ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਵੀ ਇਹਦੀਆਂ ਖਾਮੀਆਂ ਜੋ ਵੀ ਹੋਊਗੀਆਂ, ਅਗਲੀ ਵੀਡੀਓ 'ਚ ਤੁਹਾਨੂੰ ਸਾਰੀਆਂ ਖਾਮੀਆਂ ਵੀ ਦੱਸਾਂਗੇ ਇਹਦੀਆਂ। ਇੱਦਾਂ ਹੀ ਪਿਆਰ ਬਣਾਈ ਰੱਖਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਈਓ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਅਤੇ ਮੌਸਮ ਦੇਖੋ ਕਿੰਨਾ ਵਧੀਆ ਹੋਇਆ ਪਿਆ, ਬੱਦਲ ਵਾਈ ਜੀ ਹੋਈ ਆ, ਟਰੈਕਟਰ ਦਾ ਮੂੰਡ ਸਿੱਟਦੇ ਥੱਲੇ। ਅਤੇ ਹਾਂਜੀ ਮਿੱਤਰੋ, ਇੱਕ ਤੁਹਾਨੂੰ ਮੈਂ ਹੋਰਨਾਂ ਦੀ ਆਵਾਜ਼ ਵੀ ਸੁਣਾਉਣੀ ਸੀਗੀ ਵੀ ਕਿੱਦਾਂ ਕਿੱਦਾਂ ਆਵਾਜ਼ਾਂ ਆਇਆ ਇਹਦੇ ਵਿੱਚ, ਤੁਹਾਨੂੰ ਮੈਂ ਸੁਣਾ ਦਿੰਦਾ ਇੱਕ ਵਾਰੀ। ਹੋਰ ਆਵਾਜ਼ਾਂ ਵੀ ਕਾਫੀ ਹੈਗੀਆਂ ਇਹਦੇ ਵਿੱਚ, ਆਹ ਲਾਲ ਬਟਨ ਦੱਬੀ ਜਾਓ ਅਤੇ ਆਵਾਜ਼ਾਂ ਚੇਂਜ ਕਰੀ ਜਾਓ ਇਹਦੀਆਂ, ਅਤੇ ਉਹ ਤੁਹਾਨੂੰ ਮੈਂ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਆਵਾਜ਼ਾਂ ਸਾਰੀਆਂ ਇਹਦੀਆਂ ਟੂਨਾ ਚੈੱਕ ਕਰਾਊਂਗਾ। ਅਤੇ ਹੁਣ ਆਪਾਂ ਚੱਲਦੇ ਹਾਂ, ਇੱਕ ਆਪਾਂ ਗੇਜ ਵੀ ਲਾਉਣੀ ਆ, ਟੈਂਕੀ ਨੂੰ ਗੇਜ ਜ਼ਰੂਰ ਲਾਵਾਂਗੇ, ਅਤੇ ਤੁਸੀਂ ਚੈੱਕ ਕਰਿਓ ਨੈਕਸਟ ਵਲੌਗ। ਇਹਦੇ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀਆਂ ਚੀਜ਼ਾਂ ਕਾਫੀ, ਜਿੱਦਾਂ ਇਹਦੀਆਂ ਖਾਮੀਆਂ ਤੁਹਾਨੂੰ ਦੇਖਣ ਨੂੰ ਮਿਲੂਗੀਆਂ, ਮੀਟਰ ਦੇ ਵਿੱਚ ਵੀ ਕਾਫੀ ਖਾਮੀਆਂ ਇਹਦੇ, ਅਤੇ ਹੋਰ ਟਰੈਕਟਰ ਦੇ ਵਿੱਚ ਕੀ ਖਾਮੀਆਂ ਆ ਉਹ ਸਾਰੀਆਂ ਤੁਹਾਨੂੰ ਦੇਖਣ ਨੂੰ ਮਿਲੂਗੀਆਂ। ਅਤੇ ਵਲੌਗ ਨੂੰ ਇੰਜੋਏ ਕਰਿਓ, ਨੈਕਸਟ ਜਿਹੜੀ ਆ ਵੀਡੀਓ ਜਿਹੜੀ ਆਊਗੀ ਉਹਦੇ ਵਿੱਚ ਹੋਰਨਾਂ ਦੀਆਂ ਵੀ ਟੂਨਾਂ ਮੈਂ ਤੁਹਾਨੂੰ ਸਾਰੀਆਂ ਚੈੱਕ ਕਰਾਊਂਗਾ, ਜਿੰਨੀਆਂ ਵੀ ਟੂਨਾਂ ਆ ਉਹ ਸਾਰੀਆਂ ਚੈੱਕ ਕਰਾਊਂਗਾ। ਅਤੇ ਐਂ ਨਾ ਸਮਝੋ ਵੀ ਹਵਾ ਆਪੇ ਨਹੀਂ ਭਰਦੀ, ਨੈਕਸਟ ਵਲੌਗ 'ਚ ਹਵਾ ਵੀ ਭਰਦੀ ਦਿਖਾਵਾਂਗੇ, ਅਤੇ ਨਾਲ ਨਾਲ ਤੁਹਾਨੂੰ ਆਵਾਜ਼ਾਂ ਵੀ ਇਹਦੀਆਂ ਟੂਨਾਂ ਚੈੱਕ ਕਰਾਵਾਂਗੇ। ਹੁਣ ਵੀ ਵੱਜੂਗੇ ਹੋਰਨ, ਇੱਦਾਂ ਨਹੀਂ ਹੈਗੀ ਵੀ ਟੋਨਾ ਨਹੀਂ ਵੱਜੂਗੀਆਂ, ਹਵਾ ਇਹਦੇ ਵਿੱਚ ਆਟੋਮੈਟਿਕਲੀ ਭਰਦੀ ਰਹਿੰਦੀ, ਹੁਣ ਘੱਟੋ ਘੱਟ ਨਹੀਂ ਤਾਂ 200 ਪਾਉਂਡ ਹਵਾ ਹੋਊਗੀ ਇਹਦੇ ਵਿੱਚ, ਤਾਂ ਹੀ ਇੰਨੇ ਵੱਜ ਗਏ, ਨਹੀਂ ਤਾਂ ਇੰਨੇ ਆਵਾਜ਼ ਵੱਜਦੇ ਨਹੀਂ ਹੈਗੇ।
ਤੇ ਹਾਂਜੀ ਮਿੱਤਰੋ ਵੀਡੀਓ ਅਸੀਂ ਬਣਾਤੀ ਆ ਤੁਹਾਡੇ ਲਈ ਤੇ ਲਾਈਕ ਸ਼ੇਅਰ ਕਮੈਂਟ ਹੁਣ ਜ਼ਰੂਰ ਕਰਿਓ ਸਬਸਕ੍ਰਾਈਬ ਕਰ ਦਈਓ ਚੈਨਲ ਨੂੰ ਤੇ ਬਾਕੀਆਂ ਦੇ ਫੜ ਫੜ ਕੇ ਵੀ ਕਰਨੇ ਆ ਤਾਂ ਕਿ ਲੋਕੀ ਸਾਡੀਆਂ ਵੀਡੀਓ ਦੇਖਣ ਤੇ ਨੈਕਸਟ ਵੀਡੀਓ ਆਊਗੀ ਹੁਣ ਡਿਸਲਾਈਕਿੰਗ ਦੀ ਵੀ ਇਹਦੀ ਕਿਹੜੀਆਂ ਚੀਜ਼ਾਂ ਖਰੀਆਂ ਨਹੀਂ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਇੱਦਾਂ ਨਹੀਂ ਹੈਗੇ ਵੀ ਸਾਡੀ ਚੀਜ਼ ਆ ਤਾਂ ਅਸੀਂ ਖਰੀਆਂ ਹੀ ਦੱਸਾਂਗੇ ਇਹਦੀਆਂ ਮਾੜੀਆਂ ਵੀ ਦੱਸਾਂਗੇ ਅਤੇ ਹੁਣ ਚੰਗੀਆਂ ਤੁਹਾਨੂੰ ਦੱਸੇ ਦਿੱਤੀਆਂ ਕਾਫੀ ਚੰਗੀਆਂ ਦੱਸਤੀਆਂ ਕਾਫੀ ਪਹਿਲੀ ਵੀਡੀਓ 'ਚ ਦੱਸ ਦਿੱਤੀਆਂ ਸੀਗੀਆਂ ਅਤੇ ਹੁਣ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਈਓ ਅਤੇ ਮਿਲਦੇ ਹਾਂ ਇੱਦਾਂ ਕਿਸੇ ਨਵੀਂ ਵੀਡੀਓ ਦੇ ਨਾਲ।